ਤੇ ਜਿਹੜੇ ਮੇਨ ਮੁੱਦੇ ਨੇਗੇ ਪਿੰਡ ਦੇ, ਜਿਹੜਾ ਅਧੂਰਾ ਵਿਕਾਸ ਆ ਨਹੀਂ ਹੋਇਆ, ਤੁਸੀਂ ਉਹ ਕੀ ਟੀਚਾ ਲੈ ਕੇ ਚੱਲੇ ਹੋ ਵੀ ਆਪਣਾ ਜਿਹੜਾ ਪਿੰਡ ਭੈਣੀ ਜੱਸਾ ਗਾ ਪਹਿਲੇ ਨੰਬਰ ਤੇ ਆ ਬੈਠੇ ਪਿੰਡ ਭੈਣੀ ਜੱਸਾ ਜੀ, ਜਿੱਥੇ ਕਿ ਵੱਖ ਵੱਖ ਸਰਪੰਚੀ ਲੜਨ ਦੇ ਚਾਹਵਾਨ ਉਮੀਦਵਾਰ ਨੇ, ਖਾਸ ਕਰਕੇ ਇੱਥੇ ਜਿਹੜਾ ਕਿ ਲੇਡੀ ਜਨਰਲ ਜੀ ਦੀ ਜਿਹੜੀ ਚੋਣ ਹੋਣੀ, ਬਿਲਕੁਲ ਮਨਜਿੰਦਰ, ਮਾਵਾਂ ਭੈਣਾਂ ਜਿਹੜੀਆਂ ਚੋਣ ਲੜ ਸਕਦੀਆਂ ਨੇਗੀਆਂ, ਬਿਲਕੁਲ ਬਿਲਕੁਲ ਜੀ। ਸੋ ਆਪਾਂ ਪਹੁੰਚੇ ਹਾਂ ਪਿੰਡ ਭੈਣੀ ਜੱਸਾ ਜ਼ਿਲ੍ਹਾ ਬਰਨਾਲਾ ਦੇ ਵਿੱਚ, ਤੇ ਸਾਡੇ ਭੈਣ ਜੀ ਆਪਣਾ ਗੱਲ ਜੀ। ਹਾਂਜੀ ਭੈਣ ਜੀ, ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗਗਨਦੀਪ ਕੌਰ, ਪਤਨੀ ਬਲਜੀਤ ਸਿੰਘ, ਪਿੰਡ ਭੈਣੀ ਜੱਸਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਜੀ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਗੱਲਬਾਤ ਸ਼ੁਰੂ ਕਰਦੇ ਭੈਣ ਜੀ, ਇਹ ਕਿਸ ਤਰ੍ਹਾਂ ਜਿਹੜਾ ਤੁਸੀਂ ਕਹਿ ਸਕਦੇ ਵੀ ਸਰਪੰਚੀ ਦੀ ਚੋਣ ਲੜਨ ਦਾ, ਕਿਉਂਕਿ ਖਾਸ ਕਰਕੇ ਆਮ ਸਾਡੇ ਜਿਹੜਾ ਜੈਂਟਸ ਦੇ ਹਿੱਸੇ ਆਉਂਦਾ, ਖਾਸ ਕਰਕੇ ਜਿਹੜਾ ਸਰਕਾਰਾਂ ਵੱਲੋਂ ਰਾਖਵਾਕਰਨ ਕੀਤਾ ਗਿਆ, ਵਧੀਆ ਗੱਲ ਹੈ। ਸੋ ਕਿਸ ਤਰ੍ਹਾਂ ਇਹ ਜਜ਼ਬਾ ਤੁਹਾਡੇ ਮਨ ਦੇ ਵਿੱਚ, ਇਹ ਖਿਆਲ ਵੀ ਐਵੇਂ ਹੈ ਜੀ ਵੀ ਪਿੰਡ ਦਾ ਵਿਕਾਸ ਕਰੀਏ, ਕੋਈ ਔਰਤਾਂ ਨੂੰ ਵੀ ਉੱਪਰ ਆਉਣ ਦਾ ਕੋਈ ਹੱਕ ਹੋਵੇ, ਹੈ ਨਾ? ਇਸ ਵਾਰ ਉਹਨਾਂ ਨੇ, ਸਰਕਾਰ ਨੇ, ਮੌਜੂਦਾ ਸਰਕਾਰ ਨੇ ਸਾਨੂੰ ਇਹ ਹੱਕ ਦਿੱਤਾ ਗਾ, ਪਾਲਣਾ ਕਰਨੀ ਹੈ ਜੀ। ਪਾਲਣਾ ਕਰਨ ਤੋਂ ਇਲਾਵਾ ਕੀ ਸਰਪੰਚ ਦੀ ਚੋਣ ਲੜਨ ਤੋਂ ਪਹਿਲਾਂ ਵੀ ਕਿਸੇ, ਕਹਿ ਸਕਦੇ ਹਾਂ ਵੀ ਕਿਸੇ ਜਾਂ ਯੂਨੀਅਨ 'ਚ ਜਾਂ ਕਿਸੇ ਹੋਰ ਸੰਸਥਾ, ਸਾਡੀਆਂ ਮਾਤਾਵਾਂ ਭੈਣਾਂ ਦੀਆਂ ਸੰਸਥਾਵਾਂ ਬਣੀਆਂ, ਕਿਸੇ ਅਜਿਹੀ ਸੰਸਥਾ ਦੇ ਵਿੱਚ ਕੋਈ ਕੰਮ ਕੀਤਾ? ਹਾਂਜੀ ਹਾਂਜੀ ਜੀ, ਹਾਂਜੀ, ਵਧੀਆ। ਆਪਾਂ ਔਰਤਾਂ ਦੇ ਵਿੱਚ ਵਿਚਰਦੇ ਹਾਂਗੇ, ਉਹਨਾਂ ਨੂੰ ਅਤੇ ਕੰਮ ਦੇ ਪ੍ਰਤੀ ਪ੍ਰੇਰਿਤ ਕਰਦੇ ਹਾਂਗੇ ਆਪਦੇ ਪੈਰਾਂ ਦੇ ਉੱਪਰ ਖੜਾ ਹੋਣ ਲਈ, ਅਤੇ ਇਸੇ ਕਰਕੇ ਹੀ ਅਸੀਂ ਸਰਪੰਚੀ ਦੀ ਚੋਣ ਲੜਿਆ, ਅਤੇ ਆਪਾਂ ਔਰਤਾਂ ਨੂੰ ਪ੍ਰੇਰਿਤ ਕਰੀਏ ਅਤੇ ਆਪਣੇ ਪਿੰਡ ਦਾ ਵਿਕਾਸ ਕਰੀਏ, ਅਤੇ ਆਪਣੇ ਪਿੰਡ ਦੇ ਵਿੱਚ ਸਹੂਲਤਾਂ, ਜਿਹੜੀਆਂ ਸਹੂਲਤਾਂ ਤੋਂ ਵਾਂਝਾ ਰਿਹਾ ਆਪਣਾ ਪਿੰਡ, ਅਤੇ ਆਪਣੀਆਂ ਸਹੂਲਤਾਂ ਨੂੰ ਉਹ ਲੈ ਕੇ ਆਈਏ ਆਪਣੇ ਪਿੰਡ ਦੇ ਵਿੱਚ। ਸਹੂਲਤਾਂ ਦੀ ਗੱਲ ਆਪਾਂ ਬਾਅਦ ਦੇ ਵਿੱਚ ਕਰਦੇ, ਕੋਈ ਪਹਿਲਾਂ ਇੱਕ ਛੋਟੀ ਜਿਹੀ ਹੋਰ ਗੱਲ ਕਰ ਲਈ ਵੀ ਆਮ ਜਿਸ ਤਰ੍ਹਾਂ ਕਿ ਸਰਪੰਚ ਜਿਵੇਂ ਹੁਣ ਤੁਸੀਂ ਲੜ ਰਹੇ ਹੋ ਜੀ, ਅਤੇ ਬਾਅਦ ਦੇ ਵਿੱਚ ਸਰਪੰਚ ਹੀ ਹੈ ਉਹ ਬਾਈ ਜੀ ਹੋਰੀ ਕਰਦੇ ਨੇ, ਸੋ ਕਿ ਇਸ ਤਰ੍ਹਾਂ ਦਾ ਵੀ ਹੋਵੇਗਾ ਕਿ ਜਾਂ ਨਹੀਂ? ਨਹੀਂ ਜੀ, ਜਿਵੇਂ ਮੈਂ ਹੀ ਜਿੱਤੂਗੀ ਤਾਂ ਮੈਂ ਹੀ ਸਰਪੰਚੀ ਕਰੂੰਗੀ, ਤਾਂ ਇਹਦੇ ਵਿੱਚ ਇੱਦਾਂ ਦਾ ਕੋਈ ਰੋਲ ਨਹੀਂ ਹੋਵੇਗਾ ਜੀ। ਅਤੇ ਪਿੰਡਾਂ ਦੇ ਵਿੱਚ ਇੱਕ ਖਾਸ ਗੱਲ ਉੱਠਦੀ ਹੈਗੀ, ਖਾਸ ਕਵਚਨ ਹੁੰਦਾ ਗਾ ਵੀ ਜਿਹੜਾ ਪੜ੍ਹਿਆ ਲਿਖਿਆ ਹੋਵੇ, ਹੈ ਨਾ, ਸੂਝਵਾਨ ਹੋਵੇ, ਤਾਂ ਅਸੀਂ ਇਹ ਗੱਲ ਵੀ ਪੁੱਛਣੀ ਚਾਹਾਂਗੇ ਵੀ ਤੁਸੀਂ ਕਿੰਨੇ ਪੜ੍ਹੇ ਲਿਖੇ ਹੋਵੋਗੇ? ਜੀ ਮੈਂ 10ਵੀਂ ਪਾਸ ਕੀਤੀ ਹੈਗੀ ਜੀ। ਹਾਂਜੀ, ਤੇ ਜਿਹੜੇ ਮੇਨ ਮੁੱਦੇ ਨੇਗੇ ਪਿੰਡ ਦੇ, ਜਿਹੜਾ ਅਧੂਰਾ ਵਿਕਾਸ ਆ ਨਹੀਂ ਹੋਇਆ, ਤੁਸੀਂ ਉਹ ਕੀ ਟੀਚਾ ਲੈ ਕੇ ਚੱਲੇ ਹੋ ਵੀ ਆਪਣਾ ਜਿਹੜਾ ਪਿੰਡ ਭੈਣੀ ਜੱਸਾ ਗਾ ਪਹਿਲੇ ਨੰਬਰ ਤੇ ਆਵੇ, ਹੈ ਨਾ? ਬਿਲਕੁਲ ਹਾਂਜੀ, ਇੱਕ ਤਾਂ ਜੀ ਨਸ਼ਿਆਂ ਦਾ ਮੁੱਦਾ ਗਾ ਜੀ, ਤੇ ਇੱਕ ਆਪਣੇ ਗਲੀਆਂ ਨਾਲੀਆਂ ਦਾ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਗਿਆ ਜੀ ਜੀ, ਤੇ ਪਹੀਆਂ ਪੱਕੀਆਂ ਦਾ ਜੀ, ਤੇ ਜੇ ਹੋ ਸਕਿਆ ਤੇ ਡਿਸਪੈਂਸਰੀ ਵੀ ਨਹੀਂ ਹੈਗੀ ਸਾਡੇ ਪਿੰਡ, ਆਪਣੇ ਪਿੰਡ ਵਿੱਚ ਜੀ, ਤੇ ਉਹਦਾ ਵੀ ਆਪਾਂ ਮੁੱਦਾ ਲੈ ਕੇ ਜਾਵਾਂਗੇ ਜ਼ਰੂਰ ਉੱਪਰ ਤੱਕ। ਹਾਂਜੀ ਜੀ, ਕਿਉਂਕਿ ਮੈਂ ਵੀ ਹੁਣ ਆਪਣੇ ਪਿੰਡ ਦੀ ਗੱਲ ਕਰ ਰਿਹਾ ਹਾਂ, ਮੈਂ ਥੋੜ੍ਹਾ ਜ਼ਿਆਦਾ ਚਾਨਣਾ ਪਾ ਦੇਣਾ ਵੀ ਮੇਰੇ ਪਿੰਡ ਦੇ ਵਿੱਚ ਨਾ ਤਾਂ ਡਿਸਪੈਂਸਰੀ ਹੈ, ਨਾ ਪਸ਼ੂਆਂ ਦਾ ਹਸਪਤਾਲ ਹੈ, ਨਾ ਪਲੱਸ ਟੂ ਦਾ ਸਕੂਲ ਹੈਗਾ, 10ਵੀਂ ਤੱਕ ਹੈਗਾ, ਨਾ ਬਿਲਕੁਲ, ਤੇ ਨਾ ਹੀ ਆਪਣੇ ਪਿੰਡ ਦੇ ਵਿੱਚ ਪਾਰਕ ਹੈਗਾ, ਤੇ ਨਾ ਗਰਾਊਂਡ ਹੈਗਾ। ਤੇ ਇਹਦੇ ਵੱਲ ਜੇ ਆਪਾਂ ਗੱਲ ਕਰੀਏ ਸਕੂਲ ਦੀ, ਤਾਂ ਤੁਸੀਂ ਟੀਚਾ ਰੱਖਿਆ ਵੀ ਸਕੂਲ ਪਲੱਸ ਟੂ ਤੱਕ ਹੋਵੇ, ਸਕੂਲ ਦਾ ਵੀ ਆ, ਆਪਣੇ ਪਾਰਕ ਦਾ ਵੀ ਆ, ਆਪਾਂ ਸਟੇਡੀਅਮ ਲਈ ਵੀ ਆਪਾਂ ਕਰਾਂਗੇ, ਤੇ ਆਪਣਾ ਤੇ ਜਿਮ ਲਈ ਵੀ ਆਪਾਂ ਮੁੰਡਿਆਂ ਨੂੰ ਉਹ ਵੀ ਯੂਥ ਜਿਹੜਾ ਨਸ਼ੇ ਤੋਂ ਬਚੇ, ਜਿਹੜਾ ਇੱਕ ਗਰਾਊਂਡ ਦਾ ਆਪਣੇ ਕੋਲ ਹੈਗਾ ਗਾ, ਪਰ ਉਹਦੇ ਵਿੱਚ ਇੱਕ ਕਹਿ ਦਈਏ ਕੋਚ ਨਹੀਂ ਹੈਗਾ, ਕਿ ਇਹ ਵੀ ਚੰਗੀ ਸੋਚ ਰੱਖੀ ਹੈ ਵੀ ਆਪਾਂ ਪੰਚਾਇਤ ਨਾਲ ਗੱਲ ਕਰਕੇ ਮਤਾ ਪਾ ਕੇ ਇੱਕ ਜਿਹੜਾ ਆਪਣੇ ਤੌਰ ਤੇ ਇੱਕ ਉੱਥੇ ਮਤਲਬ ਕੋਚ ਰੱਖਿਆ ਜਾਵੇ, ਤੇ ਆਉਣ ਵਾਲੇ ਬੱਚੇ ਨੇ ਜਿਹੜੇ ਮਤਲਬ ਉਹ ਆਪਣੇ ਨਸ਼ੇ ਤੋਂ ਬਚਣ, ਤੇ ਆਪਣੇ ਪਿੰਡ ਦਾ ਜਿਹੜਾ ਨਾਂ ਉੱਚਾ ਹੋਵੇ। ਹਾਂਜੀ ਹਾਂਜੀ, ਇਹੀ ਮੁੱਖ ਮੁੱਦੇ ਰੱਖੇ ਹੋਏ ਨੇਗੇ ਵੀ ਆਪਣੇ ਪਿੰਡ ਦਾ ਵਿਕਾਸ ਹੋਵੇ, ਆਪਣੇ ਪਿੰਡ ਦੇ ਵਿੱਚ ਡਿਸਪੈਂਸਰੀ ਆਵੇ, ਤੇ ਲੋਕ ਵਿਚਾਰੇ ਦੂਰ ਜਾਂਦੇ ਨੇਗੇ, ਆਪਣੀ ਦਵਾਈਆਂ ਸਹੀ ਨਹੀਂ ਮਿਲਦੀਆਂ ਹੈਗੀਆਂ,
ਤੇ ਦੂਰ ਜਾਣਾ ਪੈਂਦਾ ਗਾ ਤੇ ਕੁੜੀਆਂ ਨੂੰ ਪੜ੍ਹਨ ਜਾਣਾ ਪੈਂਦਾ ਗਾ, ਕੋਈ ਸਾਧਨ ਨਹੀਂ ਹੈਗਾ, ਤੇ ਇਹ ਬਹੁਤ ਜ਼ਿਆਦਾ ਗੰਭੀਰ ਮੁੱਦੇ ਨੇ ਇਹਨਾਂ ਤੇ, ਇਹਨਾਂ ਲਈ ਆਪਾਂ ਤਹਾਂ ਤੱਕ ਉੱਪਰ ਤੱਕ ਜਿੱਥੇ ਵੀ ਜਾਣਾ ਪਿਆ ਆਪਾਂ ਜਾਵਾਂਗੇ। ਤੇ ਨਾਲ ਦੀ ਨਾਲ ਜੀ ਸੁਸਾਇਟੀ ਵੀ ਨਹੀਂ ਹੈਗੀ ਜੀ, ਗੱਲ ਇਹ ਹੈ ਜੀ ਆਪਣੇ 15 ਸਾਲਾਂ ਤੋਂ ਹਨਾ ਆਪਾਂ ਕਹਿ ਰਹੇ ਹਾਂ ਵੀ ਸੁਸਾਇਟੀ ਆਊਗੀ, ਹਾਂਜੀ, ਪਰ ਹਜੇ ਤੱਕ ਸੁਸਾਇਟੀ ਨਹੀਂ ਆਈ। ਮਤਲਬ ਕਿ ਕਿੱਲੇ ਦੋ ਕਿੱਲੇ ਲਈ ਕਿਸਾਨ ਨੇ ਜਿਹੜੇ ਹੁਣ ਸੁਪਰ ਸੀਡਰ ਮੇਰੇ ਤਾਂ 2,54,000 ਦਾ ਸਬਸਿਡੀ ਕੱਟ ਕੇ 1,30,000 ਦੇ ਕਰੀਬ ਰਹੇ ਨਾ, ਕਿੱਲੇ ਦੋ ਕਿੱਲੇ ਵਾਲਾ ਕਿਸਾਨ ਤਾਂ ਉਹ ਲਈ ਨਹੀਂ ਸਕਦਾ ਨਾ ਜੀ। ਹਾਂਜੀ ਹਾਂਜੀ, ਉਹ ਸੁਸਾਇਟੀ ਜਾਨੇ ਆਪਾਂ ਕਾਲੇ ਕੀ ਜਾਂ ਸੰਨੀ, ਸੰਨੀ ਆਪਾਂ ਤੋਂ ਛੋਟਾ ਪਿੰਡ ਆ, ਹਾਂਜੀ, ਆਪਾਂ ਕਿਸੇ ਪਿੰਡ ਦਾ ਨਹੀਂ ਕਹਦੇ ਵੀ ਆਪਾਂ ਗੱਲ ਆਪਣੇ ਪਿੰਡ ਦੀ ਕਰੇ ਵੀ ਆਪਣੇ ਪਿੰਡ ਨੂੰ ਛੋਟਾ ਜਿਹੜਾ ਸੰਨਾ ਜਿਹੜਾ ਪਿੰਡ ਆਪਣੇ ਲਾਗੀ ਲੱਗਦਾ 2 ਕਿਲੋਮੀਟਰ ਦੇ ਲਵੇ ਲਾਉਣੇ ਆ, ਤੇ ਉੱਥੇ ਆਪਣੇ ਨੂੰ ਜ਼ਿਆਦਾ ਸਹੂਲਤਾਂ ਨੇ, ਤੇ ਆਪਣੇ ਪਿੰਡ ਆਪਾਂ ਜਿਹੜੇ ਆਪਣੇ ਸੁਸਾਇਟੀ ਦੇ ਸੰਦ ਨੇ ਉੱਥੇ ਲੈਣ ਜਾਂਦੇ ਆ, ਤੇ ਜਦੋਂ ਆਪਾਂ ਜਾਂਦੇ ਆ ਜੀ ਉਦੋਂ ਆਪਾਂ ਨੂੰ ਸੰਦ ਨਹੀਂ ਮਿਲਦੇ ਵੀ ਸਹੂਲਤਾਂ ਤੋਂ ਸੱਖਣਾ ਪੰਜ ਪਿੰਡ ਹੈ। ਜੀ 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 ਜੀ, ਸੁਸਾਇਟੀ ਬਾਰੇ ਤੁਸੀਂ ਵੀ ਚਾਨਣਾ ਪਾਓ ਵੀ ਲੈ ਕੇ ਆਓਗੇ ਕਿਸਾਨ? ਹਾਂਜੀ ਹਾਂਜੀ ਹਾਂਜੀ, ਕਿਸਾਨਾਂ ਦੇ ਹੱਕ 'ਚ ਖੜਾਂਗੇ ਤੇ ਕਿਸਾਨਾਂ ਦੇ ਨਾਲ ਹੈ ਜੀ ਆਪਾਂ। ਸੁਸਾਇਟੀ ਦਾ ਮੁੱਦਾ, ਡਿਸਪੈਂਸਰੀ ਦਾ ਮੁੱਦਾ, ਆਪਾਂ ਨੇ ਸਾਰੀ ਇਹ ਚੀਜ਼ਾਂ ਮੂਹਰੇ ਰੱਖੀਆਂ ਹੋਈਆਂ ਨੇਗੀਆਂ ਵੀ ਇਹਨਾਂ 'ਤੇ ਆਪਾਂ ਨੇ ਇਹਨਾਂ ਦੀ ਪਾਲਣਾ ਕਰਨੀ, ਇਹਨਾਂ ਨੂੰ ਪਹਿਲਾਂ ਪਿੰਡ ਦੇ ਵਿੱਚ ਲੈ ਕੇ ਆਉਣਾ, ਜਿਹੜੀਆਂ ਸਹੂਲਤਾਂ ਤੋਂ ਆਪਣਾ ਪਿੰਡ ਬਾਂਝਾ ਰਿਹਾ ਹੋਇਆ ਹੈਗਾ, ਇਹ ਪਹਿਲ ਦੇ ਆਧਾਰ ਤੇ ਹੈਗਾ। ਇਹ ਗੱਲਾਂ ਦਾ ਸਾਰਾ ਚਾਨਣਾ ਪਾਇਆ ਹੈ ਵੀ ਜਿਹੜੀਆਂ ਸਕੀਮਾਂ ਆਉਣਗੀਆਂ ਅਸੀਂ ਵੱਧ ਚੜ ਕੇ ਪਿੰਡ ਦੇ ਵਿੱਚ ਲੈ ਕੇ ਆਵਾਂਗੇ, ਪਿੰਡ ਭੈਣੀ ਜੱਸਾ ਦਾ ਜਿਹੜਾ ਨਾਂ ਗਾ ਉੱਚਾ ਕਰਾਂਗੇ, ਪਰ ਉਹ ਤੋਂ ਇਲਾਵਾ ਜਿਵੇਂ ਆਪਣੇ ਗਰੀਬ ਲੋਕ ਨੇਗੇ, ਹਾਂਜੀ, ਜ਼ਿਆਦਾ ਕਹਿ ਦਈਏ ਜਿਨ੍ਹਾਂ ਦੇ ਕੋਲੇ ਘਰ ਵੀ ਨਹੀਂ ਹੈਗਾ, ਜਾਂ ਆਪਣੀਆਂ ਭੈਣਾਂ ਨੇਗੀਆਂ ਪੜ੍ਹ ਲਿਖ ਜਾਂਦੀਆਂ ਨੇਗੀਆਂ, ਕੋਈ 10ਵੀਂ ਪਲੱਸ 2, ਮਤਲਬ ਪਿੰਡ ਦੇ ਵਿੱਚ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਹਾਂਜੀ, ਕੋਈ ਉਦਾਂ ਦਾ ਕੰਮ ਵੀ ਆਪਾਂ ਕਹਿ ਦਈਏ ਕਢਾਈ ਸਿਲਾਈ, ਹਾਂਜੀ ਹਾਂਜੀ, ਆਪਣੇ ਤੌਰ ਤੇ ਹਨਾ ਵੀ ਉਹਨਾਂ ਨੂੰ ਰੁਜ਼ਗਾਰ ਮਿਲੇ। ਹਾਂਜੀ, ਉਹ ਵੀ ਅਸੀਂ ਸੋਚਿਆ ਹੈ ਵੀ ਜਿਹੜੀਆਂ ਆਪਣੀਆਂ ਭੈਣਾਂ ਵਿਚਾਰੀਆਂ ਹਾਊਸ ਵਾਈਫ ਨੇ ਘਰੇ ਰਹਿੰਦੀਆਂ ਨੇ, ਪੜ੍ਹੀਆਂ ਲਿਖੀਆਂ ਨੇ, ਪੜ੍ਹ ਲਿਖ ਕੇ ਵੀ ਉਹਨਾਂ ਨੂੰ ਘਰੇ ਡੰਗਰਾਂ ਦਾ ਗੋਹਾ ਉਹ ਕਰਨਾ ਪੈਂਦਾ ਗਾ, ਤੇ ਆਪਾਂ ਉਹਨਾਂ ਲਈ ਵੀ ਆਪਾਂ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਆਪਾਂ ਤਰੀਕੇ ਨਵੇਂ ਤੋਂ ਨਵੇਂ ਲੈ ਕੇ ਆਵਾਂਗੇ, ਤੇ ਜਿਸ ਨਾਲ ਉਹ ਵੀ ਆਪਦੇ ਪੈਰਾਂ ਤੇ ਖੜੀਆਂ ਹੋ ਸਕਣ, ਤੇ ਆਪਣੇ ਗਰੀਬਾਂ ਲਈ ਵੀ ਜੋ ਵੀ ਆਪਾਂ ਸਰਕਾਰ ਲਈ ਤਹਾਂ ਤੱਕ ਆਪਾਂ ਜਾਵਾਂਗੇ, ਜਿਨ੍ਹਾਂ ਦੇ ਕੱਚੇ ਮਕਾਨ ਨੇ, ਜਿਨ੍ਹਾਂ ਦੇ ਵਿਚਾਰਿਆਂ ਦੇ ਖਾਣ ਨੂੰ ਘਰੇ ਰੋਟੀਆਂ ਨਹੀਂ ਹੈਗੀਆਂ, ਜਿਨ੍ਹਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹੈਗੇ, ਉਹਨਾਂ ਨੂੰ ਸਾਰਿਆਂ ਨੂੰ ਆਪਾਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਤੇ ਕਰਾਂਗੇ। ਬਿਲਕੁਲ, ਤੇ ਮਨਜਿੰਦਰ ਇੱਕ ਜਿਹੜੀ ਅਹਿਮ ਗੱਲ ਹੈਗੀ ਹੈ ਨਾ, ਉਹ ਹੈਗੀ ਜਿਵੇਂ ਆਪਣਾ ਪਾਣੀ ਵੀ ਪ੍ਰਦੂਸ਼ਿਤ ਹੈ, ਵਾਤਾਵਰਨ ਵੀ ਪ੍ਰਦੂਸ਼ਿਤ ਹੈ, ਆਪਣੇ ਕੋਲ ਇੱਕ ਪੰਚਾਇਤੀ ਵਾਹਨ ਹੁੰਦੇ ਨੇਗੇ, ਕੀ ਆਉਣ ਵਾਲੇ ਟਾਈਮ ਦੇ ਵਿੱਚ ਵਾਤਾਵਰਨ ਨੂੰ ਬਚਾਉਣ ਖਾਤਰ ਕੀ ਸੋਚ ਲੈ ਕੇ ਆ ਰਹੇ ਹੋ? ਹਾਂਜੀ, ਆਪਾਂ ਵੱਧ ਤੋਂ ਵੱਧ ਰੁੱਖ ਲਗਾਵਾਂਗੇ ਜੀ, ਅਤੇ ਰੁੱਖ ਲਗਾਉਣ ਦੀ ਪ੍ਰੇਰਣਾ ਵੀ ਦੇਵਾਂਗੇ ਆਪਾਂ ਸਭ ਨੂੰ, ਅਤੇ ਆਪਾਂ ਇੱਕ ਜਿਹੜਾ ਆਪਣਾ ਪਾਣੀ ਆ ਜਿਹੜਾ ਪ੍ਰਦੂਸ਼ਿਤ ਹੋ ਰਿਹਾ ਹੈਗਾ, ਉਹਦੇ ਲਈ ਆਪਾਂ RO ਵੀ ਆਪਾਂ ਮੁਹੱਈਆ ਕਰਵਾਵਾਂਗੇ। ਅਤੇ ਨਾਲ ਦੀ ਨਾਲ ਮੈਂ ਇੱਕ ਹੋਰ ਕੁਐਸਚਨ ਕਰਦਾ, ਜਿਵੇਂ ਆਪਣੇ ਕੋਲ ਪੰਚਾਇਤੀ ਜ਼ਮੀਨ ਹੈਗੀ, ਕੀ ਉਹਦੇ ਵਿੱਚ ਇੱਦਾਂ ਨਹੀਂ ਹੋ ਸਕਦਾ ਅੱਧਾ ਕਿੱਲਾ ਦੋ ਕਨਾਲਾਂ ਕੋਈ ਫਲ ਫਰੂਟ ਲੱਗ ਜੇ ਵੀ ਪਿੰਡ ਸਾਰਾ ਉੱਥੇ ਜਾਵੇ ਕੰਮ ਕਰੇ ਅਤੇ ਉਹ ਫਰੂਟ ਆ ਜਿਹੜਾ ਉਹ ਪਿੰਡ ਨੂੰ ਆਵੇ, ਕੋਈ ਇਦਾਂ ਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ, ਕੋਈ ਵਿਚਾਰ ਕੀਤਾ ਹੈਗਾ? ਹਾਂਜੀ ਹਾਂਜੀ, ਪੂਰਾ ਵਿਚਾਰ ਹੈ, ਤੇ ਬਾਕੀ ਆਪਾਂ ਜੋ ਵੀ ਆਪਾਂ ਮੁੱਦੇ ਨੇ ਜੋ ਵੀ ਆਪਾਂ ਨੇ ਕਰਨਾ ਗਾ, ਤੇ ਆਪਾਂ ਸਾਰਿਆਂ ਦੀ ਪਦਵੰਤੇ ਸੰਜਣਾ ਦੀ ਸਾਰਿਆਂ ਦੀ ਰਾਏ ਦੇ ਨਾਲ ਹੀ ਕਰਨਾ ਗਾ, ਤੇ ਸਾਰਿਆਂ ਨੂੰ ਇੱਕ ਕਮੇਟੀ ਬਣਾਈ ਜਾਊਗੀ, ਸਾਰਿਆਂ ਨੂੰ ਉਹਦੇ ਵਿੱਚ ਲਿਆ ਜਾਊਗਾ, ਤੇ ਉਹਨਾਂ ਤੋਂ ਪੁੱਛਿਆ ਜਾਊਗਾ ਵੀ ਆਪਣੇ ਪਿੰਡ ਦੇ ਵਿੱਚ ਕੀ ਮੁੱਦੇ ਨੇ, ਆਪਾਂ ਕੀ ਕਰ ਸਕਦੇ ਹਾਂ, ਕਿਹੜੇ ਕੰਮ ਅਧੂਰੇ ਨੇਗੇ, ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ, ਉਹਨਾਂ ਦੇ ਕੰਮ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ, ਤੇ ਇਹ ਇਸ ਤਰ੍ਹਾਂ ਜੇ ਇੱਕ ਜਿਸ ਤਰ੍ਹਾਂ ਕਿ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਨਾਰਾ ਤਾਂ ਲਾਇਆ ਜਾਂਦਾ, ਸਾਡੇ ਜਿਹੜੇ SC ਲੋਕ ਨੇ, SC ਭਰਾ ਨੇ ਸਾਡੇ, ਸੋ ਉਹਨਾਂ ਲਈ ਕੀ ਕੋਈ ਅਹਿਮ ਤੁਹਾਡਾ ਕੋਈ ਤੁਹਾਡੇ ਮਨ ਦੇ ਵਿੱਚ ਉਹਨਾਂ ਲਈ ਕੋਈ ਵਿਚਾਰ?
ਉਹਨਾਂ ਲਈ ਵੀ ਜੀ ਬਹੁਤ ਆਪਾਂ ਜਿਹੜੀ ਵੀ ਕੋਈ ਸਰਕਾਰ 'ਤੇ ਪਹੁੰਚ ਕਰਨੀ ਪਊਗੀ ਅਤੇ ਆਪਾਂ ਉਹ ਕਰਾਂਗੇ ਅਤੇ ਉਹਨਾਂ ਨੂੰ ਵੀ ਆਪਾਂ ਅੱਗੇ ਲੈ ਕੇ ਚੱਲਾਂਗੇ ਕਿਸਾਨ ਮਜ਼ਦੂਰ ਏਕਤਾ। ਜੇ ਕਿਸਾਨ ਆ ਤਾਂ ਹੀ ਮਜ਼ਦੂਰ ਆ, ਮਜ਼ਦੂਰ ਆ ਜੇ ਤਾਂ ਹੀ ਕਿਸਾਨ ਹੈਗਾ। ਮੰਨ ਲਓ ਸਰਕਾਰ ਵੱਲੋਂ ਕੋਈ ਨਹੀਂ ਉਹਨਾਂ ਨੂੰ ਆਉਂਦਾ ਤਾਂ ਕੋਈ ਆਪਣੇ ਲੈਵਲ 'ਤੇ ਉਹਨਾਂ ਪ੍ਰਤੀ ਕੋਈ ਜਾਂ ਜਿਸ ਤਰ੍ਹਾਂ ਕਿਸੇ ਗਰੀਬ SC ਦੀ ਲੜਕੀਆਂ ਦੀ ਜਾਂ ਕੋਈ ਮੈਰਿਜ ਵਗੈਰਾ ਹੁੰਦੀ ਹੈ, ਕੋਈ ਹਾਂਜੀ ਕੋਈ ਸੈਕੰਡ ਸਕੀਮ ਆਪਣੇ ਲੈਵਲ 'ਤੇ ਕੋਈ ਇੱਦਾਂ ਦਾ? ਹਾਂਜੀ ਜ਼ਰੂਰ, ਜੇ ਪਰਮਾਤਮਾ ਨੇ ਚਾਹਿਆ ਤਾਂ ਜੇ ਆਪਾਂ ਸਰਪੰਚ ਬਣੇ ਤਾਂ ਆਪਾਂ ਉਹਨਾਂ ਲਈ ਵੀ ਬਹੁਤ ਵਧੀਆ ਸਹੂਲਤਾਂ ਲੈ ਕੇ ਆਵਾਂਗੇ। ਆਪਦੇ ਵੱਲੋਂ ਵੀ ਆਪਾਂ ਸਗਨ ਸਕੀਮ ਸ਼ੁਰੂ ਕਰਾਂਗੇ, ਉਹਨਾਂ ਨੂੰ ਮਦਦ ਕਰਿਆ ਕਰਾਂਗੇ ਗਰੀਬ ਦੀ। ਅਤੇ ਪਿੰਡ ਦਾ ਮੈਂ ਇੱਕ ਨਾਗਰਿਕ ਹੋਣ 'ਤੇ ਇੱਕ ਖਾਸ ਤੁਹਾਡੇ ਤੋਂ ਮੰਗ ਕਰਦਾ, ਜਿਹੜੇ ਇੱਥੇ ਝਗੜੇ ਹੋ ਜਾਂਦੇ ਨੇ ਆਪਣੇ ਪਿੰਡ ਦੇ ਵਿੱਚ, ਮੈਂ ਉਹ ਮੇਨ ਮੁੱਦਾ ਰੱਖ ਰਿਹਾ, ਜਿਹੜੇ ਪਿੰਡ ਦੇ ਵਿੱਚ ਝਗੜੇ ਹੋਣਗੇ ਉਹ ਕੀ ਥਾਣਿਆਂ ਦੇ ਵਿੱਚ ਉਵੇਂ ਜਾਣਗੇ ਜਿਵੇਂ ਕਿ ਪੰਚਾਇਤਾਂ ਪਹਿਲਾਂ ਨਿਮੇੜ ਕੇ ਆਉਂਦੀਆਂ ਨੇ? ਨਹੀਂ ਜੀ, ਆਪਾਂ ਥਾਣਿਆਂ ਦੇ ਵਿੱਚ ਬਿਲਕੁਲ ਨਹੀਂ ਜਾਣ ਦੇਣਾ, ਖੱਜਲ ਖੁਆਰੀ ਕਰਨ ਨਹੀਂ ਦੇਣੀ, ਲੋਕਾਂ ਦਾ ਵਾਧੂ ਪੈਸਾ ਖਰਾਬ ਨਹੀਂ ਕਰਨ ਦੇਣਾ। ਆਪਾਂ ਜੋ ਵੀ ਪਿੰਡ ਦਾ ਮੁੱਦਾ ਗਾ ਆਪਣੇ ਪਿੰਡ ਦੇ ਵਿੱਚ ਹੀ ਸੁਲਝਾਉਣਾ ਗਾ, ਆਪਾਂ ਬੈਠ ਕੇ ਸਾਰਿਆਂ ਨਾਲ ਰਹਿ ਕਰਕੇ ਜਿਹੜਾ ਸਹੀ ਆ ਗੱਲ ਉਹਨੂੰ ਸਹੀ ਕਹਿਣਾ, ਜੋ ਗਲਤ ਆ ਗਲਤ ਕਹਿਣਾ ਗਾ, ਕਿਸੇ ਦੇ ਪੱਖਬਾਜ਼ੀ ਨਹੀਂ ਕਰਨੀ, ਕਿਸੇ ਕੋਈ ਇਸ ਗਲਤ ਦਾ ਸਾਥ ਨਹੀਂ ਦੇਣਾ ਗਾ। ਜੋ ਆਪਾਂ ਦੋਨੇ ਧਿਰਾਂ ਦੇ ਵਿੱਚ ਸਹੀ ਹੋਊਗਾ ਉਹਦੀ ਆਪਾਂ ਨੇ ਉਹਦਾ ਫੈਸਲਾ ਕਰਨਾ ਗਾ, ਆਪਾਂ ਨੇ ਕਦੇ ਕਿਸੇ ਨੂੰ ਵੀ ਥਾਣੇ ਦੇ ਵਿੱਚ ਜਾਣ ਨਹੀਂ ਦੇਣਾ ਹੈਗਾ, ਇਹੀ ਬੇਨਤੀ ਆ। ਅਤੇ ਲਾਸਟ ਦੇ ਵਿੱਚ ਵੋਟ ਜਿਹੜੇ ਪਾਉਂਦੇ ਨੇ ਵੋਟਰ, ਉਹਨਾਂ ਨੂੰ ਇੱਕ ਲਾਲਚ ਦਿੱਤਾ ਜਾਂਦਾ ਹੈਗਾ ਵੀ ਅਸੀਂ ਤੁਹਾਨੂੰ ਭਾਈ ਨਸ਼ਾ ਕਹਿ ਦਈਏ ਆਪਾਂ, ਕੁਛ ਖਾਣ ਪੀਣ ਦਾ ਕਹਿ ਦਈਏ, ਹੈ ਨਾ, ਕੁਛ ਵੀ ਕਹਿ ਦਈਏ, ਹੈ ਨਾ, ਵੀ ਮਤਲਬ ਲਾਲਚ ਦਿੱਤਾ ਜਾਂਦਾ ਵੀ ਸਾਨੂੰ ਵੋਟ ਪਾਓ, ਕੀ ਉਹਦੇ ਬਾਰੇ ਕੀ ਕਹੋਗੇ? ਨਹੀਂ ਜੀ, ਇਹ ਤਾਂ ਸਰਾਸਰ ਗਲਤ ਹੈਗੀ ਹੈ। ਅਤੇ ਉਹ ਸ਼ਰਾਬਾਂ ਪੀਂਦੇ ਨੇ ਬੰਦੇ, ਜਾ ਕੇ ਆਪਦੀਆਂ ਘਰ ਵਾਲੀਆਂ ਨਾਲ ਲੜਦੇ ਨੇ, ਬੱਚਿਆਂ ਨਾਲ ਲੜਦੇ ਨੇ, ਉਹਨਾਂ ਨੂੰ ਕੁੱਟਦੇ ਮਾਰਦੇ ਨੇਗੇ, ਉਹ ਚੰਗੀ ਗੱਲ ਨਹੀਂ ਹੈਗੀ। ਅੱਜ 4 ਦਿਨ ਪੀ ਲੈਣਗੇ ਇੱਥੋਂ, ਫਿਰ ਉਦੋਂ ਬਾਅਦ ਕਿੱਥੋਂ ਪੀਣਗੇ ਉਹ ਨਸ਼ਾ? ਉਹ ਤਾਂ ਇੱਕ ਦੂਜੇ ਨੂੰ ਲੱਤ ਲਾਉਣ ਦੀ ਉਹ ਹੋਗੀ ਜੀ। ਅਤੇ ਇਸ ਕਰਕੇ ਇਹ ਨਸ਼ੇ ਨੂੰ ਪ੍ਰਮੋਟ ਬਿਲਕੁਲ ਨਹੀਂ ਕੀਤਾ ਜਾਊਗਾ। ਆਪਾਂ ਸਿੱਧਰੀ ਅਤੇ ਸਾਫ਼ ਸਰਪੰਚੀ ਲਈ ਚੋਣ ਪ੍ਰਚਾਰ ਕਰਨਾ ਗਾ, ਅਤੇ ਆਪਾਂ ਬਿਲਕੁਲ ਵੀ ਆਹ ਨਸ਼ੇ ਦਾ ਪ੍ਰਮੋਟ ਬਿਲਕੁਲ ਨਹੀਂ ਕਰਨਾ ਹੈਗਾ ਜੀ। ਅਤੇ ਬਹੁਤ ਬਹੁਤ ਧੰਨਵਾਦ। ਅਤੇ ਲਾਸਟ ਦੇ ਵਿੱਚ ਇਹੀ ਦੁਬਾਰਾ ਉਮੀਦ ਰੱਖਦੇ ਹਾਂ ਜਿਹੜੇ ਆਪਣੇ ਪਿੰਡ ਦੇ ਵਿੱਚ ਸੁਸਾਇਟੀ ਕਹਿ ਦਈਏ, ਪਸ਼ੂਆਂ ਦਾ ਹਸਪਤਾਲ ਕਹਿ ਦਈਏ, ਡਿਸਪੈਂਸਰੀ ਕਹਿ ਦਈਏ, ਸਕੂਲ ਕਹਿ ਦਈਏ, ਗਰਾਊਂਡ ਕਹਿ ਦਈਏ, ਕੋਚ ਦੀ ਗੱਲ ਹੋ ਜੇ, ਤਾਂ ਬਹੁਤ ਮੁੱਦੇ ਨੇ ਜਿਹੜਾ ਕਿ ਆਪਣਾ ਪਿੰਡ ਬਹੁਤ ਪਿਛੜਿਆ ਹੋਇਆ। ਹਾਂਜੀ ਹਾਂਜੀ, ਠੀਕ ਹੈ। ਅਤੇ ਮੈਨੂੰ ਆਸ ਹੈਗੀ ਵੀ ਤੁਸੀਂ ਜਿਹੜੀ ਚੋਣ ਲੜ ਰਹੇ ਹੋ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਭੈਣੀ ਜੱਸਾ ਦਾ ਜਿਹੜਾ ਨਾਮ ਜੇ ਮੌਕਾ ਮਿਲਦਾ ਹੈਗਾ, ਸੰਯੋਗ ਦਿੰਦਾ ਪਿੰਡ, ਤੁਸੀਂ ਜਿੱਤਦੇ ਹੋ ਤਾਂ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਪਿੰਡ ਭੈਣੀ ਜੱਸਾ ਦਾ ਜਿਹੜਾ ਨਾਮ ਹੈਗਾ ਉਹ ਚਮਕੂਗਾ। ਸੋ ਟਾਈਮ ਦਿੱਤਾ ਸਾਰੀ ਸੰਗਤ ਨੇ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ, ਬਿਲਕੁਲ ਜੀ।